ਹੁਣ ਬਾਈ ਜੱਗੀ ਗੁੱਸੇ ਦੀ ਕਹਾਣੀ ਸਾਕੇ, ਜੂਨ 1984 ਦੇ ਸਾਕੇ ਨੀਲੇ ਤਾਰੇ ਤੋਂ ਬਾਅਦ ਪੰਜਾਬ ਪੁਲਿਸ ਤੇ CRP ਨੇ ਨੌਜਵਾਨਾਂ ਦਾ ਸ਼ਿਕਾਰ ਖੇਡਣਾ ਸ਼ੁਰੂ ਕੀਤਾ। ਕੀ ਦੋਸ਼ੀ ਕੀ ਬੇਕਸੂਰੇ ਮੁੰਡੇ ਵੱਖ ਵੱਖ ਤੌਰ ਤੇ ਤਰੀਕਿਆਂ ਨਾਲ ਕੁੱਟ ਕੁੱਟ ਉਮਰ ਭਰ ਲਈ ਨਕਾਰਾ ਕੀਤੇ ਜਾਣ ਲੱਗੇ। ਕਿੱਧਰੋਂ ਸਿੰਘ ਆਉਂਦੇ, ਕਿੱਧਰ ਜਾਂਦੇ, ਕਿੱਧਰ ਅਲੋਪ ਜਾਂਦੇ, ਗੁੰਝਲਦਾਰ ਸਵਾਲ ਸੀ। ਕਾਲਿਆਂ ਕੱਛਿਆਂ ਵਾਲਿਆਂ ਨੇ, ਉਸ ਤੋਂ ਬਾਅਦ ਕੈਟਾਂ ਨੇ ਦਾੜੀਆਂ ਰੱਖ ਕੇ ਪਹਿਲਾਂ ਤਾਂ ਆਪ ਘਰੋਂ ਕਿਸੇ ਦੇ ਰੋਟੀ ਖਾ ਜਾਣੀ, ਫਿਰ ਜਾ ਕੇ ਦੂਜੇ ਦਿਨ ਥਾਣੇਦਾਰ ਨੇ ਧਾੜ ਚਾਹ ਕੇ ਬੰਦੇ ਘਰੋਂ ਚੱਕ ਲੈਣੇ, ਫਲਾਣੇ ਬੰਦੇ ਨੂੰ ਤੂੰ ਰੋਟੀ ਖਿਲਾਈ। ਪੌਣੇ 6 ਵਜੇ ਪੌਣੇ 4 ਵਜੇ ਸਵੇਰੇ ਟਰੱਕਰ ਬਲੀ ਸਿੰਘ ਦੇ ਘਰ ਨੂੰ ਘੇਰਾ ਪਾ ਲਿਆ। ਸਕੀਮ ਅਨੁਸਾਰ ਦਰਵਾਜ਼ੇ ਵੱਲ ਖੜੇ ਸਿਪਾਹੀਆਂ ਨੇ ਬਾਹਰਲੀ ਅਰਲ ਲਾ ਤੀ, ਟਰੱਕ ਚੋਂ ਪੌੜੀ ਕੱਢ ਲਈ। 6 ਸਿਪਾਹੀ ਕੰਧ ਨੇ ਛੱਤ ਤੇ ਚੜ ਗਏ, 8 ਵਿਹੜੇ 'ਚ ਉੱਤਰ ਗਏ। ਇੱਕ ਸਿਪਾਹੀ ਨੇ ਬੈਟਰੀ ਦੇ ਚਾਨਣ ਆਸਰੇ ਵਿਹੜੇ ਵਾਲੀ ਲਾਲ ਬੱਤੀ ਬਾਲ ਲਈ, ਵਿਹੜਾ ਚਾਨਣਾ ਭਰ ਗਿਆ। ਸਾਰੇ ਪਰਿਵਾਰ ਦੇ ਜੀ ਉੱਬੜਵਾਹੇ ਉੱਠੇ, ਪੁਲਿਸ ਨਾਲ ਵਿਹੜਾ ਭਰਿਆ ਪਿਆ। ਅਚਾਨਕ ਕੋਈ ਬਿਜ ਤੇ ਘਰ ਵਾਲੇ ਹੈਰਾਨ, ਦਰਨਾ ਸਰੀਰ ਕੰਬੇ। ਬਲੀ ਸਿੰਘ ਹੱਥ ਜੋੜੀ ਨਿਮਰਤਾ ਨਾਲ ਪੇਸ਼ ਹੋਇਆ, ਗਲ 'ਚ ਉਹਨੇ ਪਰਨਾ ਰੱਖਿਆ ਸੀ। ਕੋਈ ਸੇਵਾ ਮਾਈ ਬਾਪ? ਦੱਸਦੇ ਆ ਗੁਰਮੀਤ। ਹਾਂਜੀ, ਬਾਹਰੋਂ ਸਰਦਾਰ ਨੂੰ ਬੁਲਾ, ਬੜਾ ਹੌਲਦਾਰ ਬੋਲਿਆ। ਸਿਪਾਹੀ ਨੇ ਅੰਦਰੋਂ ਅਰਲ ਲਾਹੀ, ਬਾਹਰੋਂ ਦਰਵਾਜ਼ਾ ਖੁੱਲ ਗਿਆ। ਮੂੰਹ ਤੇ ਮਫਲਰ ਲਪੇਟੀ, ਹੱਥਾਂ ਦਸਤਾਨੇ ਲਾਉਂਦਾ ਸਰਦਾਰ ਅੰਦਰ ਆਇਆ। ਬਲੀ ਸਿੰਘ ਉਸੇ ਤਰ੍ਹਾਂ ਹੀ ਹੱਥ ਜੋੜੀ ਖੜਾ ਸੀ, ਸਰੀਰ ਕੰਬ ਰਿਹਾ ਸੀ। ਕੀ ਨਾਂ ਹੈ ਬਾਬਾ ਤੇਰਾ? ਥਾਣੇਦਾਰ ਗਰਿਆਲ ਨੇ ਸਿੱਧਾ ਸਵਾਲ ਕੀਤਾ। ਜੀ ਬਲੀ ਸਿੰਘ, ਪਿਤਾ ਜੀ ਦਾ ਨਾਂ ਸਰਦਾਰ ਬਲਕਾਰ ਸਿੰਘ। ਸਾਰਾ ਕੋਰਮਾ ਹੀ ਯੋਧਿਆਂ ਦਾ ਹੈ, ਪਿੱਛੋਂ ਹੌਲਦਾਰ ਨੇ ਟਾਂਚ ਕੀਤੀ। ਸਾਰੇ ਜਵਾਨ ਹੱਸ ਪਏ ਉੱਚੀ। ਜਵਾਨ ਬੋਲਣਾ ਨੀ, ਕੰਮ ਦੀ ਗੱਲ ਕਰਨ ਦਿਓ। ਹਾਂ ਬਾਬਾ, ਤੇਰਾ ਮੁੰਡਾ ਜਰਨਜੋਤ ਕਿੱਥੇ ਹੈ? ਥਾਣੇਦਾਰ ਨੇ ਪੁਲਸੀਆ ਦਬਕ, ਮਾਈ ਬਾਪ ਅੰਦਰ ਪਿਆ ਜੀ, ਬੁਲਾ ਉਹਨੂੰ। ਮਾਪਿਓ ਦੋਸ਼? ਬਲੀ ਸਿੰਘ ਦੇ ਹੱਥ ਜੁੜੇ ਹੋਏ ਸੀ, ਜਵਾਨ ਪੁੱਤ ਦੀ ਪੂੰਜੀ ਖੁਰਦੀ ਲੱਗਦੀ। ਪੁਲਿਸ ਦੇ ਕਾਸੇ ਖਾਨੇ ਤੋਂ ਉਹਨੂੰ ਡਰ ਸੀ। ਹਰ ਰੋਜ਼ ਹੱਟੀ ਪੱਟੀ ਗੱਲਾਂ ਹੁੰਦੀਆਂ ਵੀ ਪੰਜਾਬ ਪੁਲਿਸ ਜਿਹੜੀ ਹੈ ਉਹ ਖੁੱਲੀ ਹੈ, ਹੁਣ CRP ਨਾਲ ਹੈ, ਕੋਈ ਨੀ ਪੁੱਛਦਾ। ਦੋਸ਼ ਵੀ ਦੱਸਾਂਗੇ, ਬਾਹਰ ਤਾਂ ਲਿਆ, ਹੌਲਦਾਰ ਨੇ ਹੁਕਮੀਆਂ ਕੀਤਾ। ਮਾਪਿਓ ਕਦੇ ਬਲਦ ਦੇ ਸੋਟੀ ਨੀ, ਉਹਨੇ ਤਾਂ ਮਾਰੀ ਸੌ ਢਾਡੀ ਦੀ, ਜਮਾ ਹੀ ਗਊ ਹੈ। ਅਸੀਂ ਕਿਹੜਾ ਕਹਿੰਦੇ ਹਾਂ ਵੀ ਗਊ ਨੀ, ਉਹਨੂੰ ਬਾਬਾ ਮੱਥੇ ਤਾਂ ਲਾ ਸਾਡੇ। ਕੀ ਗੱਲ ਹੈ? ਹਰਾਸਾ ਮਾਰੀ ਰਣਜੋਤ ਦੀ ਬੇਬੇ ਆ ਗਈ। ਆਪਣੇ ਯੋਧ ਬਾਰੇ ਪੁੱਛਦੇ ਆ ਵੀ ਜਿਉਣ ਜੋ ਕਰੋ, ਕੀ ਦੋਸ਼ ਆ ਮੇਰੇ ਪੁੱਤ ਦਾ? ਮਾਂ ਨੇ ਠੰਡਰ, ਮਾਤਾ ਦੱਸ ਦਿੰਦੇ ਆ, ਉਹਨੂੰ ਬਾਹਰ ਤਾਂ ਲਿਆਓ। ਲਿਆ ਤਾਂ ਦਿੰਦੇ ਆ, ਜਿਉਣ ਜੋਕ ਰਿਹਾ, ਥੇੜਾ ਤੁਹਾਡੇ ਮੂਹਰੇ ਕੋਈ ਜੇ ਜ਼ੋਰ ਆ ਕੋਈ, ਪਰ ਸ਼ੇਰਾ ਉਹਦੇ ਕਸੂਰ ਕੀ ਆ? ਹਾੜੇ ਮੇਰਾ ਸ਼ੇਰ ਦੱਸ ਤਾਂ ਸਹੀ। ਬੇਬੇ ਨੇ ਗਲ ਦੇ ਵਿੱਚ ਮਲਮਲ ਦੀ ਚੁੰਨੀ ਪਾਈ ਹੋਈ ਸੀ, ਉਹਨੂੰ ਪਤਾ ਸੀ ਕਿ ਕੀ ਹੋਣਾ। ਮਾਈ ਮੈਂ ਕਿਹੜਾ ਕਹਿਣਾ ਕਸੂਰ ਹੈ, ਚਾਹ ਧਰਾਵਾਂ ਹਜ਼ੂਰ? ਬਲੀ ਸਿੰਘ ਨੇ, ਚਾਹ ਦੀ ਲੋੜ ਨਹੀਂ, ਬੰਦਾ ਹਾਜ਼ਰ ਕਰੋ, ਸੁਣਦਾ ਨੀ? ਥਾਣੇਦਾਰ ਨੇ ਜਦ ਹੁਕਮੀਆਂ ਕੀਤਾ, ਜਾ ਕੀਤੀ ਦੇ ਬਾਪੂ, ਲਿਆ ਸੱਦ ਕੇ ਅੰਦਰ। ਮਾਈ ਫਿਕਰ ਕਿਉਂ ਕਰਦੀ ਹੈ, ਤੈਨੂੰ ਕਿਹਾ ਕੁਛ ਨੀ ਕਹਿੰਦੇ? ਉਹ ਜੋਧ, ਉਹ ਜੋਧ! ਬਾਪੂ ਨੇ ਬਾਹਰਲੇ ਬੰਨੇ ਬੈਠਕ ਦੇ ਹਾਕ ਮਾਰੀ। ਕੀ ਆ ਬਾਪੂ? ਅੰਦਰੋਂ ਜੋਧ ਬੋਲਿਆ। ਬਾਹਰ ਆ ਪੁੱਤ, ਸ਼ੇਰ ਵੱਗਿਆ, ਬਲੀਸ ਦੀ ਆਵਾਜ਼ ਚ ਹੰਝੂ ਬੋਲੇ। ਵਾਹਿਗੁਰੂ ਵਾਹਿਗੁਰੂ ਵੀ ਜਪ ਰਿਹਾ ਸੀ। 4 ਵਜੇ ਧਾੜ ਪਈ, ਹਲੇ ਪਾਠੀ ਨਹੀਂ ਸੀ ਬੋਲਿਆ। ਕੀ ਗੱਲ ਹੈ ਬਾਪੂ? ਮੁੰਡੇ ਨੇ ਘਬਰਾਏ ਹੋਏ ਗੱਲ ਕੀਤੀ। ਹਲੇ ਵਿਆਹ ਨੂੰ 3 ਹਫ਼ਤੇ ਹੋਏ ਸੀ। ਖਸਮਾਂ ਨੂੰ ਖਾਣੀ ਪੁਲਿਸ ਆਈ ਆ, ਮੱਲਾ ਤੇਰੇ ਬਾਰੇ ਪੁੱਛਦੀ ਆ। ਮੈਨੂੰ ਉਦੋਂ ਹੀ ਗੱਲ ਦਾ ਖਤਰਾ, ਉਸੇ ਦਿਨ ਦਾ ਹੀ ਗੱਲ ਦਾ ਖਤਰਾ ਸੀ ਜਿੱਦਣ ਦੇ ਸਿੰਘ ਰੋਟੀ ਖਾ ਕੇ ਗਏ ਆ। ਮੈਨੂੰ ਪਤਾ ਸੀ ਸਿਆਪਾ ਪੈ ਗਿਆ, ਗੁਆਂਢੀ ਜਦ ਰਾਤ ਨੂੰ ਕਾਮਰੇ ਤੇ ਉੱਠਿਆ, ਇਹਨੇ ਕੁੱਤੇ ਦੇ ਨੇ ਜਾ ਕੇ ਉੱਥੇ
ਸੁਨੇਹਾ ਦੇ ਕੇ ਆਇਆ, ਇਹਨੇ ਸਿਆਪਾ ਕੀਤਾ ਖੜਾ। ਉਹਦੇ ਪਿੱਛੇ ਸੱਜ ਵਿਆ ਹੀ ਘਰ ਵਾਲੀ ਦਵਿੰਦਰ ਕੰਬੀ ਜਾ ਰਹੇ ਸੀ। ਡਾਡਿਆ ਰੱਬਾ ਹਾੜੇ, ਚੱਲ ਜੁੱਤੀ ਪਾ ਸ਼ਰਫ, ਦਰੀ ਡੋਲੀ ਨਾ, ਤੇਰੇ ਪਿੱਛੇ ਦਿੱਲੀ ਦੱਖਣੋਂ ਬੰਦੇ ਢੋ ਦੂ ਮੈਂ, ਦੁਨੀਆਂ ਇੱਧਰ ਦੀ ਇੱਧਰ ਕਰ ਦੂ, ਪੁੱਤ ਤੂੰ ਬਾਹਰ ਆ। ਲਿਆ ਕੁੜੇ ਦਵਿੰਦਰ ਜੁੱਤੀ ਅੰਦਰੋਂ, ਜਿਹੜਾ ਜੋਰ ਸਿਉਂਦੀ, ਬਾਪੂ ਨੇ ਹੌਲੀ ਦੇ ਕੇ ਕਿਹਾ। ਨੂੰ ਅੰਦਰੋਂ ਜੁੱਤੀ ਲੈਣ ਚਲੀ ਗਈ, ਪੈਰਾਂ ਦੀਆਂ ਝਾਂਜਰਾਂ ਛਣ ਛਣ ਬੋਲ ਰਹੀਆਂ ਸੀ। ਬਾਪੂ ਨੂੰ ਹਲੇ ਯਾਦ ਆਇਆ, ਹਲੇ ਤਾਂ 3 ਹਫ਼ਤੇ ਹੋਏ ਨੇ, ਚਾਹ ਵੀ ਨੀ ਮੇਰੀ ਰੂਹ ਰਾਣੀ ਦੇ ਪੂਰੇ ਹੋਏ, ਸਿਆਪਾ ਪੈ ਗਿਆ। ਇੱਕ ਗੱਲ ਮੇਰਾ ਸ਼ੇਰ ਯਾਦ ਰੱਖੀ, ਜਿੰਨਾ ਥਿੜਕੇਗਾ ਓਨਾ ਹੀ ਕੰਜਰ ਸਿਰ ਹੋਣਗੇ। ਭਿੱਜਣਾ ਇਹਨਾਂ ਨੇ ਬਿਲਕੁਲ ਨੀ, ਪੁਲਿਸ ਪੁੱਤ ਕਿਸੇ ਦੀ ਮਿੱਤ ਨੀ ਹੁੰਦੀ। ਗਾਲ ਦੁੱਪੜ ਇਹਨਾਂ ਦਾ ਪਹਿਲਾ ਕਦਮ ਆ, ਮੂਲੋਂ ਜ਼ਿਆਦਾ ਮਿੱਠੇ ਹੋਣ ਤਾਂ ਖਤਰਨਾਕ ਹੁੰਦੇ। ਆ ਜਾ ਮੇਰਾ ਪੁੱਤ। ਦਵਿੰਦਰ ਜੁੱਤੀ ਲੈ ਗਈ, ਜੁੱਤੀ ਪਵਾ ਕੇ ਪੁੱਤ ਨੂੰ ਥਾਣੇਦਾਰ ਸਾਹਮਣੇ ਪੇਸ਼ ਕਰ। ਸਤਿ ਸ੍ਰੀ ਅਕਾਲ ਜੀ, ਰਣਜੋਤ ਨੇ ਕਿਹਾ। ਸਤਿ ਸ੍ਰੀ ਅਕਾਲ, ਸੁਣਾ ਵੀ ਰਣਜੋਤ ਸਿੰਘ, ਕੀ ਹਾਲ ਆ ਤੇਰਾ? ਥਾਣੇਦਾਰ ਦੇ ਮੁੰਡੇ ਦੇ ਮੋਢੇ ਤੇ ਕਈ ਵਾਰ ਹੱਥ ਮਾਰ ਕੇ ਪੁੱਛ। ਠੀਕ ਆ ਜੀ, ਚੱਲ ਅੰਦਰ ਚੱਲੀਏ। ਬਲੀ ਸਿੰਘ, ਚਾਹ ਧਰਾ ਤੂੰ ਕਿਹੜਾ? ਜੀ ਹਜ਼ੂਰ, ਖਿਆਲ ਰੱਖੀ, ਚਾਹ ਪੀਣ ਵਾਲੇ ਬੰਦੇ 22 ਹੈ, 10 ਅੰਦਰ ਖੜੇ ਆ, 10 ਬਾਹਰ ਕਮਾਂਡੋ ਨੇ, 2 ਅਸੀਂ ਆ, ਮੈਂ ਤੇ ਹੌਲਦਾਰ। ਦੇਖ ਰਣਜੋਤ ਸਿੰਘ, ਮੇਰਾ ਨਾਂ ਆ ਗੁਰਪ੍ਰੀਤ ਸਿੰਘ ਗਰਿਆ, ਸਿੱਧਾ ਸਿਧਾਂਤ ਆ, ਸਿੱਧੇ ਨਾਲ ਨਰਮੀ, ਵਲ ਫੇਰ ਨਾਲ ਕਸਾਈ। ਇਹ ਮਰਜ਼ੀ ਤੇਰੀ ਆ, ਤੂੰ ਬੁੱਚੜ ਬਣਾਉਣਾ ਕਿ? ਜਦ ਬੁੱਚੜ ਦੀ ਕਹਾਣੀ ਕੀਤੀ, ਜੋਧ ਕੰਬਣ ਲੱਗ ਜੀ। ਤੁਸੀਂ ਪੁੱਛੋ ਤਾਂ ਸਹੀ, ਤਾਂ ਇਹ ਦੱਸ ਵੀ ਪਿਛਲੇ ਹਫ਼ਤੇ ਜਿਹੜੇ ਬੰਦੇ ਮੋਟਰ ਤੇ ਰੋਟੀ ਖਾ ਕੇ ਗਏ ਆ, ਉਹ ਕੌਣ ਸੀ, ਕੀ ਨਾਂ ਸੀ, ਕਿੱਥੇ ਕਿੱਥੇ ਰਹਿਣ ਵਾਲੇ ਸੀ? ਸਰਾਰ ਜੀ, ਰੋਟੀ ਜ਼ਰੂਰ ਖਾ ਕੇ ਗਿਆ, ਮੇਰਾ ਕਸੂਰ ਨਹੀਂ, ਕੋਈ ਝੂਠ ਨਹੀਂ, ਪਰ ਮਾਲਕੋ ਮੈਨੂੰ ਨਾਂ ਤੇ ਪਿੰਡ ਦਾ ਕੀ ਪਤਾ? ਜਥੇਬੰਦੀ ਉਹਨਾਂ ਦੀ ਕਿਹੜੀ ਸੀ ਜਨਾਬ? ਮੈਨੂੰ ਕੋਈ ਨਹੀਂ ਪਤਾ। ਜਿੰਨਾ ਤਿਰ ਤੇਰੇ ਕੋਲੋਂ ਮੋਟਰ ਤੇ ਬੈਠੇ ਰਹੇ, ਮੈਨੂੰ, ਮੈਂ ਇਹਦਾ ਵਿਚਾਰ 2 ਘੰਟੇ ਤੇਰੇ ਕੋਲ ਬੈਠੇ ਰਹਿਣਾ, ਚਾਹ ਵੀ ਪਿਲਾਈ ਆ ਰੋਟੀ ਤੋਂ ਬਾਅਦ। ਹਾਂਜੀ, ਤੇ ਘੰਟਾ ਤਾਂ ਜੀ ਮੈਂ ਘਰੋਂ ਆ ਕੇ ਰੋਟੀ ਲੈ ਗਿਆ, ਜਾ ਕੇ ਵਰਤਾਈ ਆ, ਤੇ ਚਾਹ ਮੈਂ ਉੱਥੇ ਮੋਟਰ ਤੇ ਬਣਾਈ ਆ, ਬਸ ਇੰਨਾ ਹੀ ਕੰਮ ਹੈ। ਤੇ ਬਾਕੀ ਮਾਲਕੋ, ਹਾਂ ਹਾਂ ਬੋਲ। ਮੈਂ ਪੁੱਛਿਆ ਵੀ ਸੀ, ਕਲੋਟੇ ਜੇ ਉੱਤਰ ਦਿੰਦੇ ਸੀ ਵੀ ਗੁਰੂਆਂ ਦੀ ਧਰਤੀ ਤੋਂ ਗੁਲਾਮੀ ਲਾਉਣੀ ਹੈ, ਗੁਲਾਮੀ ਦਾ ਜੂੜਾ ਲਾਉਣਾ, ਅਸੀਂ ਠਰੀਆਂ ਰਾਤਾਂ ਸੱਪਾਂ ਦੀਆਂ ਸਿਰੀਆਂ ਮਿੱਧਦੇ ਫਿਰਦੇ ਹਾਂ ਕੌਮ ਖਾਤਰ। ਲੜੇ ਟੱਟੇ ਪੰਜਾਬ ਦੇ ਪਿਓ ਦੇ ਨਾ ਸਕੇ ਦੇ, ਇਹਨਾਂ ਦਾ ਸਾਰਾ ਪੰਜਾਬ ਆ, ਠੰਡਦਾਰ ਨੇ ਫੰਕਾਰਾ ਮਾਰਿਆ। ਬਲੀ ਸਿੰਘ ਨੇ ਕੁੜੀ ਨੂੰ ਆਵਾਜ਼ ਦੇਣ ਲਈ, ਕੁੜੀ ਦੇ ਆਵਾਜ਼ ਦੇਣ ਤੇ ਚਾਹ ਲੈ ਆਇਆ। ਚਾਹ ਪੀਂਦਾ ਠਾਣੇਦਾਰ ਮੁੱਛ ਦੇ ਹੋੜੇ ਦੇ ਨਾਲ ਪੀਂਦਾ ਪੀਂਦਾ ਸੋਚ ਰਿਹਾ ਸੀ। ਉਹ ਚਾਹ ਪੀਂਦੀ ਸਾਰ ਉਹਨੇ ਕਿਹਾ, ਰਣਜੋਤ ਪਾ ਲਾਵੇ ਫਿਰ ਸਵਾਟਰ ਸੂਟਰ, ਚੱਲੀਏ। ਉਹ ਮਾਪਿਓ ਕਿੱਥੇ ਲੈ ਚੱਲੇ ਇਹਨੂੰ? ਬਲੀ ਸਿੰਘ ਨੇ ਹੱਥ ਜੋੜਿਆ। ਬਲੀ ਸਿੰਘ ਜੀ, ਅੱਤਵਾਦੀਆਂ ਦਾ ਮਾਮਲਾ ਹੈ, ਮਜਿਸਟਰੇਟ ਦੇ ਪੇਸ਼ ਹੋਣਾ, ਬਿਆਨ ਲੈਣੇ ਨੇ, ਫਿਰ ਰੱਸੇ ਲੈਣਗੇ, ਹੁਣ ਐਂ ਨਹੀਂ ਛੱਡ ਸਕਦਾ। ਮਹਾਰਾਜ, ਜਿਹੜਾ ਕੁਛ ਮਰਜ਼ੀ ਮੈਂ ਹੱਥ ਜੋੜਦਾ, ਸਾਰਾ ਕੁਛ ਹੀ ਲੈ ਲਓ, ਪੁੱਤ ਛੱਡ ਦਿਓ, ਸਾਰਾ ਕੁਛ ਕੀ ਦੇ ਦੇਗਾ ਸਾਨੂੰ? ਤੇਰੇ ਕੋਲ ਕੀ ਹੈ? ਆ 2 ਟੁੱਟੇ ਬਲਦ ਨੇ, 4 ਕਿੱਲੇ ਤੇਰੇ ਕੋਲ ਜ਼ਮੀਨ ਆ, ਤੂੰ ਕੀ ਦੇ ਰਹੇਗਾ? ਤੁਸੀਂ ਮੰਗੋ ਤਾਂ ਸਹੀ ਜਨਾਬ। ਨਾ ਨਾ, ਕੁਛ ਨਹੀਂ ਮੰਗਣਾ। ਰਣਜੋਤ ਨੂੰ ਸਿਪਾਹੀਆਂ ਨੇ ਟਰੱਕ ਦੇ ਵਿੱਚ ਇੱਟ ਵਾਂਗੂ ਸੁੱਟਿਆ। ਉਸੇ ਦਿਨ ਸਵੇਰੇ ਗੁਰਪਾਲ ਘਰੇ ਆਇਆ ਸੀ। ਗੁਰਪਾਲ ਤੇ ਪੁਲਿਸ ਨੇ ਰੇਡ ਮਾਰੀ। ਗੁਰਪਾਲ ਨੂੰ ਬਾਬੇ ਜਪਨਾਮ ਨੇ ਆਵਾਜ਼ ਮਾਰ ਕੇ ਉਠਾਤਾ। ਆਵਾਜ਼ ਮਾਰ ਕੇ ਉਠਾਇਆ, ਗੁਰਪਾਲ ਨੇ ਛਾਲ ਮਾਰੀ ਤਾਂ ਉਹ ਕੰਧ ਟੱਪ ਗਿਆ। ਤੇ ਪੁਲਿਸ ਨੇ ਬਾਬਾ ਜਪਨਾਮ ਸਿੰਘ ਫੜ ਕੇ ਅੰਦਰ ਦੇਤਾ, ਤੇ ਨਾਲ ਹੀ ਇੱਕ ਰਫਲ ਦਾ ਮੁੱਠ ਹੈ, ਜਿਹੜਾ ਮੁੱਠਾ ਬਹੁਤ ਜ਼ੋਰ ਨਾਲ ਗੁਰਪਾਲ ਸਿੰਘ ਦੀ ਮਾਤਾ ਤੇ ਮਾਰਿਆ। ਤੇ ਹਰਕੁਰ ਦੇ ਬਾਂਹ ਜਿਹੜੀ ਆਕੜੀ ਪਈ ਸੀ। ਦੂਜੇ ਪਾਸੇ ਪਿੰਡ ਦੇ ਇੱਕ ਬੰਨੇ ਬਲੀ ਸਿੰਘ ਦਾ ਟੱਬਰ ਇਕੱਠਾ ਸੀ, ਦੂਜੇ ਬੰਨੇ ਬਾਬੇ ਜਪਨਾਮ ਦਾ ਟੱਬਰ ਇਕੱਠਾ ਹੋਇਆ ਹੋਇਆ ਸੀ। ਤੇ ਉੱਥੋਂ ਬਾਬੇ ਜਪਨਾਮ ਨੂੰ ਥਾਣੇ 'ਚ ਨਾ ਲੈ ਕੇ ਗਏ,
ਥਾਣੇ ਤੋਂ ਬਿਨਾਂ ਬਾਹਰ ਕਿਸੇ ਉਜਾੜ ਕਿਸੇ ਬਹਿਕ ਤੇ ਬਾਬੇ ਨੂੰ ਰੱਖਿਆ ਗਿਆ। ਬਾਬਾ ਜੋ ਗੁਰਬਾਣੀ ਦਾ ਗਾਇਨ ਕਰ ਰਿਹਾ ਸੀ, ਜਵਾਬ ਕੀ ਔਦ ਨਿਧਾਨ ਬਣੇ ਅਤਹੀ ਰਣ ਮੈਂ ਤਬ ਜੂਝ ਮਨੋ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਾਡੇ ਖੇਦ ਪਾਪ ਕੀ ਜੰਜ ਲੈ ਕਾਬਲੋਂ ਧਾਇਆ ਜੋਰੀ ਮੰਗੇ ਲਾਲ ਬੇ ਲਾਲੋ। ਗੱਲਾਂ ਕਰਦੇ ਕਰਦੇ ਬੜੇ ਆਕੇ ਉਹ ਰਾਤ ਪਾਇਆ ਯਾਰ, ਚੁੱਪ ਨੀ ਕਰੀਦਾ ਇੱਕ ਸਿਪਾਹੀ ਨੇ ਬੋ ਕਰਦਾ ਮੂੰਹ ਖੋਲ ਕੇ ਕਿਹਾ। ਮੂੰਹ ਤਾਂ ਬੰਦ ਕਰਵਾ ਦੇਗਾ ਗੁਰੂ ਦਿਆ ਸਿੰਘਾ, ਬਿਰਤੀ ਦਾ ਕੀ ਕਰੇਗਾ ਬਾਬਾ ਜਪਨਾਥ। ਬਾਬਾ ਜਦ ਚਾੜਿਆ ਨਾ ਸ਼ਿਕੰਜੇ, ਬਿਰਤੀਆਂ ਸ਼ਿਰਤੀਆਂ ਤਾਂ ਉੱਡਦੀਆਂ ਦੇਖੀ, ਤੇਰੇ ਅਰਗੇ ਬਥੇਰੇ ਪਾਠ ਕਰਨ ਵਾਲੇ ਆਉਂਦੇ ਨਿੱਤ ਥਾਣੇ, ਤੁਹਾਨੂੰ ਹੀ 35 ਪੜਾਉਣ ਵਾਲਾ ਮੈਂ। ਸਵੇਰ ਦੀ ਭੁੱਖੜ ਖਾਧੀ ਦਾ ਤਰਾਰਾ ਜਿਹੜਾ ਪੂਰਾ ਸਿਪਾਹੀ ਨੇ ਬੰਨਿਆ ਸੀ, ਗੱਲਾਂ ਲਾਲ ਸੀ ਜਮਾਈ, ਅੱਖਾਂ ਬਿਲਕੁਲ ਦੇਗੀ ਮਿਰਚ ਅਰਗੇ। ਮੀਰ ਮੰਨੂ ਨੂੰ ਵੀ ਇਹੀ ਵਹਿਮ ਸੀ ਗੁਰੂ ਦੇ ਲਾਡ ਲਿਆ ਕਿ ਤੂੰ ਹੀ ਸਾਰਾ ਕੁਛ ਹੈ, ਪਰ ਨਾ ਬਾਬਾ ਤੂੰ ਤਾਂ ਮਰਨਾ ਹੀ ਆ, ਸਾਡੇ ਹੱਥੋਂ ਕਾਹਨੂੰ ਮਰਦਾ, ਗਾਹਾਂ ਹੋ ਜਾ ਕਿਤੇ। ਮੈਂ ਮੱਲਾ ਕਿੱਥੇ ਫੜੀ, ਤੁਸੀਂ ਬੈਠੇ ਹੋ ਤੇ ਮੈਂ ਕੀ ਕਰਨਾ। ਬਾਬੇ ਨੂੰ ਬਿਠਾ ਕੇ ਬਾਕੀ ਚਾਹ ਪਾਣੀ ਪੀ ਰਹੇ ਸੀ, ਉੱਧਰ ਰਣਜੋਤ ਨੂੰ ਥਾਣੇ ਜਾ ਕੇ ਸਿੱਟਤਾ। ਰਣਜੋਤ ਨੂੰ ਥਾਣੇ ਦੇ ਵਿੱਚੋਂ ਹਵਾਲਾਤ ਦੇ ਵਿੱਚੋਂ ਆਥਣੇ ਚਵਾਰੇ ਦੇ ਵਿੱਚ ਗੁਰਪ੍ਰੀਤ ਗਰੇਵਾਲ ਨੇ ਬਣਾਇਆ, ਨਾਲ ਗੁਰਮੀਤ ਸਿਪਾਹੀ ਸੀ, ਇੱਕ ਪੈਗ ਦਾਰੂ ਦਾ ਭਰ ਕੇ ਰਣਜੋਤ ਦੇ ਮੂਹਰੇ ਰੱਖਿਆ। ਰਣਜੋਤ ਸਿਆਲਾ ਪੀ, ਮੈਂ ਤਾਂ ਜੀ ਕਦੇ ਵੀ ਨਹੀਂ ਪੀਤੀ, ਨਵਾਂ ਵਿਆਹ ਕਰਾਇਆ, ਘਰ ਵਾਲੀ ਇੰਨੀ ਸੁਨੱਖੀ ਹੈ, ਇਹਨੂੰ ਦਾਰੂ ਦੀ ਕੀ ਲੋੜ ਆ ਜੀ, ਗੁਰਮੀਤ ਨੇ ਪਿੱਛੇ ਕਿਹਾ। ਗੁਰਮੀਤ ਦੇ ਵੱਲ ਗੁਰਪ੍ਰੀਤ ਗਰੇਵਾਲ ਬਹੁਤ ਔਖਾ ਝਾਕਿਆ, ਕੱਚੀ ਗੱਲ ਨਹੀਂ ਸੀ ਥਾਣੇਦਾਰ ਕਰਨ ਦਿੰਦਾ ਕਦੇ। ਰਣਜੋਤ ਸਿਆ ਅੱਤਵਾਦੀ ਇੱਕ ਫੜਿਆ ਸ਼ਨਾਖਤ ਕਰੇਗਾ ਜੀ ਉਹਨਾਂ ਚੋਂ? ਹਾਂ ਸਰਦਾਰ, ਮਜਬੂਰੀ ਮੂੰਹ ਤਾਂ ਕਰ ਦਾਂਗਾ, ਪਰ ਮਾਰ ਜਾਣਗੇ ਆ ਕੇ ਉਹਨਾਂ ਨੂੰ ਗੋਲੀ ਮਾਰਦਿਆਂ ਦੀ ਗਾਲ ਕੱਢ ਕੇ। ਥਾਣੇਦਾਰ ਕਹਿਣਾ, ਅਸੀਂ ਕਾਹਦੇ ਵਾਸਤੇ ਬੈਠੇ ਹਾਂ, ਚਾਰ ਗੰਨਮੈਨ ਦੇ ਦੂੰ ਕੋਠੇ ਤੇ ਪਾ ਦੂੰ ਮੰਜਿਆਂ ਤੇ, ਤੇਰੇ ਵੱਲ ਕਿਵੇਂ ਝਾਕ ਲੂ ਕੋਈ, ਤੂੰ ਸ਼ਨਾਖਤ ਘਰ। ਗੁਰਮੀਤ ਸਿਪਾਹੀ ਉਹਦੇ ਵੱਲ ਦੇਖ ਰਿਹਾ, ਗੁਰਮੀਤ ਖਾਸ ਬੰਦਾ ਸੀ ਗੁਰਪ੍ਰੀਤ ਗਰੇਵਾਲ ਦਾ, ਪੂਰੀ ਦਲਗਿਰੀ ਕਰਦਾ। ਜਦ ਦੂਜੀ ਵਾਰ ਰਣਜੋਤ ਨੇ ਜਵਾਬ ਦਿੱਤਾ, ਗੁਰਮੀਤ ਨੇ ਪਿੱਛੋਂ ਮੁੰਡੇ ਦੇ ਥੱਪੜ ਮਾਰਿਆ ਖਿੱਚ ਕੇ, ਉਹ ਤੈਨੂੰ ਸਰਦਾਰ ਕੀ ਕਹਿੰਦਾ ਓਏ, ਤੁਹਾਡੇ ਘਰੇ ਢੁੱਕ ਜਾ ਸਿਹਰੇ ਬੰਨ ਕੇ, ਮੈਂ ਕੀ ਕਹਿੰਦਾ ਤੇ ਸਰਦਾਰ ਕੀ ਕਹਿੰਦਾ, ਤੂੰ ਸੁਣਦਾ ਹੀ ਨੀ, ਤੂੰ ਰੱਬ ਬਣਿਆ ਹੋਇਆ, ਹੋ ਖੜਾ ਤੇਰੇ ਤੇ ਫੇਰੀਏ ਜੋਤ। ਜਦ ਇੰਨਾ ਕਿਹਾ ਰਣਜੋਤ ਕੰਬਣ ਲੱਗਿਆ, ਐ ਨਾ ਜੀ ਕਹਿ ਕਰੋ ਸਰਦਾਰ ਜੀ, ਜਿਹੜਾ ਕਹੋ ਮੈਂ ਇਹੀ ਕਰੂੰ। ਅਖੀਰ ਜਦ ਗੱਲ ਬਾਬੇ ਨੂੰ ਦੂਜੇ ਬੰਨੇ ਪੁੱਛ ਰਹੇ ਤੇ ਅਖੀਰ ਟਰੱਕ ਲਿਆ ਕੇ ਬਾਬੇ ਜਪਨਾਮ ਦਾ ਵਿਹੜੇ ਚ ਖੜਾ ਤਾ। ਜਦ ਬਾਬੇ ਨੂੰ ਲਾਹਿਆ ਤਾਂ ਦੂਜਾ ਗਰੁੱਪ ਬਾਬੇ ਨੂੰ ਹੋ ਗਿਆ, ਹਾਂ ਹੋ ਗਏ ਸਿੰਘੋ ਤਿਆਰ ਆ ਜਾਓ। ਅੱਛਾ ਫਿਰ ਕਾਸਾਖਾਨਾ ਕਰਾਏਗਾ ਸਾਥੋਂ, ਮੁਨਸ਼ੀ ਡੋਕਲ ਪੂਛ ਲੈ ਕੇ ਦਾੜੀ ਦੀ ਲਮਕਦੀ ਆਇਆ, ਕਰਾਏਗਾ ਕਾਸਾਖਾਨਾ ਸਾਥੋਂ। ਉਹ ਤੈਂ ਕੀ ਕਰਨਾ, ਪਹਿਲਾਂ ਆਪਣਾ ਆਪ ਤਾਂ ਦੇਖ, ਤੰਦੂਰ ਜਿੱਡਾ ਤੇਰਾ ਢਿੱਡ ਹੈ, ਖੜੇ ਨੂੰ ਤੈਨੂੰ ਪੈਰ ਨਹੀਂ ਦਿਖਦੇ, ਗੁਰੂ ਦੀਆਂ ਸਿੰਘਾਂ ਨੂੰ ਇਹੋ ਜਿਹੀਆਂ ਚੀਜ਼ਾਂ ਨਾਲ ਨਹੀਂ ਡਰਦਾ। ਇਉਂ ਕਰੋ ਮੁੰਡੇ, ਉਹ ਗਰੜ ਪੋਖ ਬਣਾਓ ਇਹਦਾ, ਫਿਰ ਤੁੰਗ ਭੱਦਰਾ ਬਣਾਓ ਤੇ ਲੱਤਾਂ ਕਰ ਦਿਓ ਬਰਾਬਰ, ਲਿਆਓ ਇਹਦੇ 84 ਵਾਲਾ, ਦੂਜਾ ਜਿਹੜਾ ਚੌੜਾ ਪਰਲਾ ਗੇਲਣਾ ਪਿਆ। ਬਾਬ ਮੁਨਸ਼ੀ ਨੇ ਨਾਂ ਵੀ ਉਹ ਰੱਖਿਆ ਸੀ। ਦੁਬਾਰਾ ਬਾਬੇ ਨੂੰ ਖੜਾ ਕੇ ਰਣਜੋਤ ਨੂੰ ਪਿਛਲੀ ਹਵਾਲਾਤ ਤੋਂ ਲੈ ਆਏ, ਬਾਬੇ ਨੂੰ ਸ਼ਿਕੰਜੇ ਚੋਂ ਕੱਢ ਕੇ ਲਿਆ ਕੇ ਮੂਹਰੇ ਜਦ ਖੜਾਇਆ, ਰਣਜੋਤ ਨੂੰ ਕਹਿੰਦੇ ਪਛਾਣ ਤਾਂ ਆਹ ਅੱਤਵਾਦੀ, ਆਹ ਅੱਤਵਾਦੀਆਂ ਚ ਉਹਨਾਂ ਚ ਸੀਗਾ। ਥਾਣੇਦਾਰ ਨੇ ਕਿਹਾ
ਇਹ ਜੀ ਸਾਡੇ ਪਿੰਡ ਵਾਲਾ ਜਪਨਾਮ ਸਿੰਘ ਕੱਛ ਵਾਲਾ ਭਾਈ ਹੈ। ਜਦ ਇੰਨਾ ਕਿਹਾ ਡਾਂਗ ਰਣਜੋਤ ਦੇ ਸਿਰ ਤੋਂ ਸਿਰ ਦੌੜ ਦੌੜ ਪਵੇ, ਚਾਰੇ ਪਾਸਿਓਂ ਜਿਵੇਂ ਮੱਕੀ ਦੀਆਂ ਛੱਲੀਆਂ ਕੁੱਟੀ ਦੀਆਂ ਐਂ ਕੁੱਟਣ ਲੱਗੇ। ਉਹ ਮਾਈ ਬਾਪ ਮੈਨੂੰ ਦੱਸੋ ਤਾਂ ਸਹੀ, ਕਹਿੰਦੇ ਕਿਉਂ ਕੁੱਟਦੇ ਕਿਉਂ, ਕਾਰਨ ਤਾਂ ਦੱਸੋ ਮੈਨੂੰ, ਕੀਤਾ ਗਿਆ ਮਾਪਿਓ ਮੇਰਾ ਸਰੀਰ ਤੋੜਤਾ, ਰੌਲਾ ਰਣਜੋਤ ਪਾਪੇ ਤੇਰਿਆ ਸਰੀਰ ਨਾ ਤੋੜੀਏ ਤਾਂ ਹੋਰ ਕਰੀਏ ਕੀ ਗੱਲ, ਤੂੰ ਪੁੱਠੀ ਸੁਣਾਉਣਾ ਸਾਨੂੰ। ਸਿਪਾਹੀ ਨੇ ਇੱਕ ਤਕੜਾ ਟੋਟਣ ਦੇ ਵਿੱਚ ਡੰਗ ਮਾਰ, ਮਾਪਿਓ ਦੱਸੋ ਤਾਂ ਸਹੀ ਉਹ ਜਿਹੜਾ ਅੰਦਰ ਦੇ ਭਾਵ ਕੌਣ ਹੈ, ਉਹ ਸਾਡੇ ਪਿੰਡ ਵਾਲਾ ਜਪਨਾਮ ਸਿੰਘ ਕੱਛ ਵਾਲਾ ਭਾਈ ਆ। ਫੇਰ ਡਾਂਗ ਭਰੇ, ਉਹ ਮਾਰੋ ਦੱਸਤਾ ਦੋ ਕਹਾਂ ਕੀ, ਤੂੰ ਇਉਂ ਕਹਿ ਇਹ ਅੱਤਵਾਦੀ ਆ ਜਿਹੜਾ ਰਾਤ ਨੂੰ ਸਾਡੇ ਰੋਟੀ ਖਾ ਕੇ ਗਿਆ। ਉਹ ਮਾਈ ਬਾਪ ਇਹ ਤਾਂ ਬਜ਼ੁਰਗ ਆ ਮੇਰੇ ਬਾਪੂ ਦੇ ਹਾਣ ਦਾ, ਉਹ ਤਾਂ ਮੁੰਡੇ 25-26 ਸਾਲਾਂ ਦੇ ਸੀ, ਚੜ੍ਹਦੀ ਬਰੇਸ ਵਾਲੇ ਸੀ, 5 ਸੀ, ਦਾੜੀਆਂ ਸੋਹਣੀਆਂ ਸੋਹਣੀਆਂ ਉਹਨੇ, ਲਾਲ ਉਹਨਾਂ ਦੀਆਂ ਪੂਰੇ ਚਿਹਰੇ ਸੁਰਖ ਸੀ, ਗਲ ਦੇ ਵਿੱਚ ਉਹਨਾਂ ਦੇ ਇੱਕ ਬੰਦੇ ਨੂੰ ਪੈਂਤਰੇ ਵਾਲਾ ਕੀ ਨਾਂ ਹੈ ਜਿਹੜਾ ਨਿਹੰਗਾਂ ਦੇ ਪਾਇਆ ਹੁੰਦਾ ਜੀ, ਉਹ ਦੂਜਾ ਹੁੰਦਾ ਜੀ ਜਿਹੜਾ ਉਹ ਜਿਹੜਾ ਇੱਥੇ ਜਵਾਕਾਂ ਦਾ ਪਾਇਆ ਹੁੰਦਾ ਝੋਲਾ ਜਿਹਾ ਜੀ, ਇੱਕ ਉਹ ਪਾਇਆ ਹੋਇਆ ਸੀ, ਹੱਥ ਤੇ ਹੱਥਾਂ ਜਿਹੜੀਆਂ ਰਫਲਾਂ ਫੜੀਆਂ ਸੀ ਉਹਦੇ ਮੂਹਰੇ ਪੀਲੀਆਂ ਚੰਡੀਆਂ ਸੀ ਜੀ, ਮੈਨੂੰ ਨੀ ਪਤਾ ਜੀ, ਇਹ ਤਾਂ ਬਾਬਾ ਪਿੰਡ ਦਾ ਸਾਡੇ। ਦੁਬਾਰਾ ਫੇਰ ਰਣਜੋਤ ਨੇ ਕਿਹਾ ਇਹੀ ਤਾਂ ਬਦਲਾਉਣਾ ਹੈ, ਇਹੀ ਤਾਂ ਕਹਿਣਾ, ਇਹਨੂੰ ਕਹਿ ਬਈ ਇਹ ਰੋਟੀ ਖਾ ਕੇ ਆਇਆ ਸੀ। ਰਣਜੋਤ ਦੇ ਦੰਦ ਜੁੜ ਗਏ, ਬਾਬਾ ਤੇ ਅੱਤਵਾਦੀ, ਉਹ ਤੂੰ ਸਾਲਿਆ ਘੁੱਗੂਈ ਹੋ ਗਿਆ, ਬੋਲਦਾ ਨੀ ਹੋਏ। ਪਿੱਛੋਂ ਆ ਕੇ ਇੱਕ ਨੇ ਹੋਰ ਥੱਪੜ ਮਾਰਿਆ ਜੀ, ਬਾਬਾ ਤਾਂ ਜੀ ਪਿੰਡ ਦਾ ਬਾਬਾ ਹੈ ਸਾਡਾ, ਦਰਵੇਸ਼ ਹੈ ਬਾਬਾ, ਬਾਬਾ ਕੱਛ ਵਾਲਾ ਭਾਈ ਹੈ, ਇਹਦਾ ਮੁੰਡਾ ਗਰਲਾਲ ਹੈ, ਸਾਨੂੰ ਪਤਾ ਹੈ, ਉਹ ਵੀ ਘਰੋਂ ਭੱਜਿਆ। ਅੱਛਾ ਫਿਰ ਉਹ ਹੋਊ, ਉਹਦਾ ਨਾਂ ਲਵੇਂਗਾ? ਨਾ ਜੀ ਮੈਂ ਨੀ ਲੈਣਾ, ਮੈਂ ਜਾਣਦਾ ਹੀ ਨੀ, ਜਦ ਉਹ ਤਾਂ ਹੈ ਹੀ ਨੀ ਸੀ, ਉਹਨਾਂ 'ਚ ਤਾਂ ਪਿੰਡ ਦਾ ਮੁੰਡਾ। ਥਾਣਾ ਦੇ ਸਿਪਾਹੀ ਰੋਕ ਤੇ ਕੋਰੇ ਕਾਗਜ਼ਾਂ ਤੇ ਰਣਜੋਤ ਦੇ ਦਸਤਖਤ ਕਰਦੇ, ਜਨਾਬ ਅੱਗੇ ਕੀ ਹੁਕਮ ਹੈ? ਮੁਨਸ਼ੀ ਨੇ ਰਣਜੋਤ ਦੀ ਦਸਤਖਤ ਵਾਲਾ ਕਾਗਜ਼ ਉੱਪਰ ਮਨ ਮਰਜ਼ੀ ਨਾਲ ਬਿਆਨ ਲਿਖਣ ਤੋਂ ਬਾਅਦ ਪੁੱਛਿਆ। ਕਾਗਜ਼ਾਂ 'ਚ ਬਾਬਾ ਤੇ ਬਾਬੇ ਦਾ ਮੁੰਡਾ ਗੁਰਪਾਲ ਖਤਰਨਾਕ ਅੱਤਵਾਦੀ, ਕਾਗਜ਼ਾਂ ਅਨੁਸਾਰ ਬਾਬਾ ਕਈ ਵਾਰ ਬਾਰਡਰ ਟੱਪ ਕੇ ਪਾਕਿਸਤਾਨ ਆਇਆ, ਪਾਕਿਸਤਾਨ 'ਚ ISI ਦੀ ਖੁਫੀਆ ਏਜੰਸੀ ਵੱਲੋਂ ਟ੍ਰੇਨਿੰਗ ਹੈ। ਕਾਗਜ਼ ਦੱਸ ਰਹੇ ਨੇ ਬਾਬਾ 47 ਤੇ ਡਰੈਗਨ ਗੰਨ ਚਲਾਉਂਦਾ, ਰਾਕਟ ਲਾਂਚਰ ਤੋਂ ਲੈ ਕੇ ਮਿੰਨੀ ਤੋਪ ਚਲਾਉਂਦਾ, ਨਿਸ਼ਾਨੇ ਦਾ ਇੰਨਾ ਮਾਹਰ ਹੈ, ਮਿਲਟਰੀ ਦੇ ਬੁਲਟ ਪਰੂਫ ਟਰੈਕਟਰ ਭੰਨਦਾ, ਪਿੰਡ ਵਾਲੇ ਸੰਤਾਂ ਦਾ ਸਹਿਯੋਗੀ ਰਿਹਾ ਕਰਕੇ ਮੂੰਹੋਂ ਅੱਗ ਉੱਗਲਦਾ। ਮੰਡ ਇਲਾਕੇ 'ਚ ਬਾਬੇ ਨੇ 200 ਕਮੈਂਡੋ ਫੋਰਸ ਬਣਾਈ ਹੋਈ ਹੈ। ਬਾਬੇ ਦਾ ਮੁੰਡਾ ਗੁਰਪਾਲ ਸਿੰਘ ਬੱਬਰ ਖਾਲਸਾ ਦੇ ਮੁਖੀ ਜਸਦੇਵ ਸਿੰਘ ਬੱਬਰ ਦਾ ਸੱਜਾ ਹੱਥ ਹੈ, 6 ਮਹੀਨੇ ਪਾਕਿਸਤਾਨ ਰਹਿੰਦਾ, 6 ਮਹੀਨੇ ਪਿੰਡ ਆ ਜਾਂਦਾ। ਬਹੁਤ ਖੂਬ, ਮੁਨਸ਼ੀ ਨੇ ਬਿਆਨ ਲਿਖ ਕੇ ਬਹੁਤ ਖੂਬ ਕਹਾਇਆ। ਮੇਰਾ ਦਿਮਾਗ ਹਜ਼ੂਰ ਇਹ ਕਹਿੰਦਾ ਹੈ ਵੀ ਬਸ ਹੁਣ ਗੱਲ ਤਾਂ ਸਿੱਧੀ ਹੋ ਗਈ ਆਪਣੀ, ਸਿੱਧੀ ਦਾ ਕੀ ਮਤਲਬ, ਬਸ ਹੁਣ ਗਾਹਾਂ ਕਰੋ, ਇਹਨਾਂ ਤੋਂ ਕੀ ਕਰਾਉਣਾ, ਕਾਹਨੂੰ ਰੋਟੀਆਂ ਲੰਗਰੀ ਅੰਦਰ ਲੰਗਰ ਲਾਂਗਰੀਏ ਪਲਾਉਣਗੇ, ਗਾਹਾਂ ਕਰਦੇ ਇਹਨਾਂ ਨੂੰ ਅੱਜ। ਨਾਲੇ ਗੱਲ ਸੁਣ ਲਓ ਜਨਾਬ, ਸਾਰੇ ਹੱਥ ਜੋੜੀ ਜਾਂਦੇ ਨੇ, ਤੁਸੀਂ ਵੀ ਜੋੜ ਲਓ, ਆਹ ਦੋ ਜਿਹੜੇ ਸਟਾਰ ਲਵਾਈ ਫਿਰਦੇ ਹੋ, ਦੋਵਾਂ ਨੇ ਕੀ ਕਰਨਾ ਹੈ, ਮੈਂ ਤਾਂ ਸ਼ੇਰ ਵਾਲਾ ਮੋਢੇ ਤੇ ਦੇਖਣਾ ਚਾਹੁੰਦਾ, ਸ਼ੇਰ ਦੇ ਨਾਲ ਥੱਲੇ ਸਟਾਰ ਲੱਗੇ ਤਾਂ ਸਾਹਿਬ ਬਹਾਦਰ SSP ਬਣੂ, ਤੇ ਮੇਰੇ ਲੱਗਣਗੇ 2 ਸਟਾਰ, 5-7 ਬੰਦੇ ਹੀ ਚਾੜਨੇ ਆ, ਤੁਸੀਂ ਸ਼ੁਰੂ ਤਾਂ ਕਰੋ। ਗੁਰਪ੍ਰੀਤ ਗਰੇਵਾਲ ਦਾ ਪਹਿਲਾ ਮੁਕਾਬਲਾ ਕਰਕੇ ਮਨ ਨਹੀਂ ਸਿਆ, ਨਾ ਇਹ ਗੱਲ ਗਲਤ ਹੈ, ਤਾਂ ਫਿਰ ਰੱਖੀ ਰੱਖੋ, ਜੱਜ ਛੱਡ ਦੂ, ਪਿੰਡ ਦੇ ਬੰਦੇ ਗਵਾਹੀਆਂ ਦੇ ਦੇਣਗੇ, ਦੋਨਾਂ ਨੂੰ ਛੱਡ ਦੇਣਗੇ। ਰਣਜੋਤ ਨੂੰ ਘਰੇ ਘਰ ਵਾਲੀ ਨਾਲ ਪਏ ਨੂੰ ਲੈ ਕੇ ਆਏ ਹੋ, ਜਪਨਾਮ ਸਿੰਘ ਨੂੰ ਘਰੋਂ ਲੈ ਕੇ ਆਏ ਹੋ, ਪਿੰਡ ਬੋਲੂ ਸਾਰਾ, ਜਾਂ 200 ਦੇਹਲੀ ਵਾਲੇ ਆ ਕੇ ਦੇਣਗੇ, ਛੱਡ ਦਿਓ, ਉਧਰੋਂ SSP ਤੁਹਾਨੂੰ ਗਾਲਾਂ ਕੱਢੂ, ਤੁਸੀਂ ਮੈਨੂੰ ਗਾਲਾਂ ਕੱਢੋਗੇ, ਮੈਂ ਸਿਪਾਹੀਆਂ ਨੂੰ ਗਾਲਾਂ ਕੱਢੂ, ਸਾਰੇ ਗਾਲਾਂ ਕੱਢਣਗੇ ਇੱਕ ਦੂਜੇ ਨੂੰ। ਮੁਨਸ਼ੀ ਮੂਹਰੇ ਖੜਾ ਸੀ, ਪੂਰਾ ਤਿਆਰ ਹੋਇਆ, ਲਾਲ ਹੋਇਆ ਐਨ, ਮੁਨਸ਼ੀ ਨੂੰ ਪਤਾ ਸੀ ਵੀ ਮੈਂ ਖੜਾ ਗੋਲੀ ਮਾਰਨੀ ਹੈ ਇਹਨਾਂ ਦੇ ਨਾਲ, ਜਾਂ ਇੱਕ ਵਾਰ ਸਿਪਾਹੀਆਂ ਨੂੰ ਲਾਤਾ, ਥਾਣੇਦਾਰ ਨੂੰ ਲਾਤਾ, ਅਖੀਰ ਆਥਣ ਤੱਕ ਗੱਲ ਚੱਲ ਪਈ। ਗੱਲ ਜਦ ਚੱਲਦੀ ਚੱਲਦੀ ਵਿੱਚ
ਜਦ ਟਰੱਕ ਦੇ ਵਿੱਚ ਲੱਦਣ ਦੀ ਤਿਆਰੀ ਹੋਈ ਰਣਜੋਧ ਨੂੰ ਤੇ ਬਾਬੇ ਨੂੰ ਦੋਨਾਂ, ਤਾਂ ਪੰਜ ਸੱਤ ਬੋਤਲਾਂ ਆ ਕੇ ਸਿਪਾਹੀਆਂ ਨੂੰ ਦਿੱਤੀਆਂ, ਲਓ ਫੜੋ ਏ ਕੰਮ ਆ ਜਾਣਗੀਆਂ। ਬਾਬੇ ਤੇ ਰਣਜੋਧ ਦੇ ਕੋਲ ਰੱਖਣ ਵਾਲੇ ਹਥਿਆਰ ਰੱਖ ਲਏ, ਮੁਕਾਬਲੇ ਵਾਲੀ ਥਾਂ ਦਾ ਨਕਸ਼ਾ ਖਿੱਚ ਲਿਆ, ਤਲਵੰਡੀ ਵਾਲੀ ਪੁਲੀ ਤੇ ਮੁਕਾਬਲਾ ਬਣਾਉਣ ਦਾ ਫੈਸਲਾ ਹੋ ਗਿਆ। ਤਲਵੰਡੀ ਵਾਲੀ ਸੁੰਨੀ ਪੁਲੀ ਪਿੰਡ ਤਿੰਨ ਪਿੰਡਾਂ ਦੇ ਸੰਧ 'ਚ ਸੀ, ਪੁਲੀ ਤੇ ਇੱਕ ਬੋਰਡ ਸੀ, ਨਲਕਾ ਸੀ, ਸਾਰੀਆਂ ਤੁਲੂ ਬੋਲਦੇ, ਟਾਵੀਂ ਟਾਵੀਂ ਕੋਈ ਬੱਸ ਲੰਘਦੀ, ਹੁਣ ਤਾਂ ਕੁਛ ਨਹੀਂ ਹੁੰਦਾ, ਦੁੱਧ ਹੀ ਲੈ ਕੇ ਆਉਂਦੇ। ਪੌਣੇ ਚਾਰ ਸਵੇਰ ਦੀ ਗੱਲ ਕਰਤੀ ਰਾਤ ਨੂੰ, ਮੁਨਸ਼ੀ ਨੇ ਨੂੰ ਬੋਤ ਮੁਨਸ਼ੀ ਨੇ 6 ਬੋਤਲਾਂ ਲਿਆ ਕੇ ਸਿਪਾਹੀਆਂ ਨੂੰ ਦੇ ਦੀ, ਲਓ ਕੰਮ ਆਉਣਗੀਆਂ। 2 ਹੋਰ ਬੋਤਲਾਂ ਮੁਨਸ਼ੀ ਨੂੰ ਸਿਪਾਹੀਆਂ ਨੂੰ ਫੜਾਉਂਦਿਆਂ ਕਿਹਾ। ਸਿਪਾਹੀਆਂ ਨੂੰ 18 ਦੰਦੀਆਂ ਵੱਢਦੇ ਸੀ। ਇੱਕ ਸਿਪਾਹੀ ਕਹਿੰਦਾ, ਆ ਡੋਕਲ ਕੱਛੇ ਜੇ ਵਾਲਾ ਨਾ ਬੋ ਕਰ ਗਿਆ, ਇਹ ਮੁਸ਼ਕ ਮਾਰਦਾ ਇਹਦੇ ਤੋਂ, ਇਹਨੇ ਅੱਜ ਪੁੱਠੀ ਪੜਾਈ ਆ ਸਰਦਾਰ ਨੂੰ ਬੜੇ ਨੂੰ, ਸਿਆਪਾ ਕਰੂ ਖੜਾ, ਦਾਰੂ ਊ ਨਹੀਂ ਪਿਲਾਉਂਦਾ, ਇਹ ਤਾਂ ਮਰੀ ਜੂ ਨਾ ਲਵੇ ਸਿਰ ਚੋਂ, ਅੱਜ ਸਿਆਪਾ ਆਪਣੇ ਸਿਰ ਕੀ ਕਹਿਣਾ ਹੋਏ। ਫੌਜੀ ਹੌਲੀ ਦੇ ਕੇ ਮੁਰਸ਼ੀ ਬਾਹਰ ਨਿਕਲਿਆ, ਗੱਡੀ ਚ ਬਾਬੇ ਨੂੰ ਲੱਤ ਲਿਆ, ਰਣਜੋਧ ਨੂੰ ਫੜ ਕੇ ਚਾੜ ਲਿਆ। ਹੁਣ ਕਿੱਥੇ ਲੈ ਚੱਲੇ ਹਰਜੂਰ, ਰਣਜੋਧ ਨੇ ਮਰੀ ਜੀ ਆਵਾਜ਼ ਥਾਣੇਦਾਰ ਨੂੰ ਪੁੱਛਿਆ। ਮੂੰਹ ਟਕੀ ਪਏ ਬਾਬੇ ਜਪਨਾਮ ਤੇ, ਉਹਦੀ ਨਜ਼ਰ ਨਾ ਗਈ, ਬਾਬਾ ਅਦਮੋਹਿਆ ਹੋਇਆ ਪਿਆ। ਗਸ਼ਤ ਤੇ ਚੱਲੇ ਆ, ਤੈਨੂੰ ਪਿੰਡ ਲਾ ਦੀਏ ਰਣਜੋਧ ਸਿਆ, ਨਾਲੇ ਨਵਾਂ ਤੇਰਾ ਵਿਆਹ ਹੋਇਆ, ਥਾਣੇਦਾਰ ਨੇ ਸਰਸ ਲਈ। 3 ਟਰੱਕ ਅੱਗੜ ਪਿੱਛੜ ਥਾਣੇ ਚੋਂ ਨਿਕਲ ਗਏ। ਮੁਨਸ਼ੀ ਬੈਂਚ ਤੇ ਗਦੈਲਾ ਵਿਛਾ ਕੇ ਆਰਾਮ ਨਾਲ ਪੈ ਗਿਆ। 3 ਟਰੱਕ ਆਰਾਮ ਨਾਲ ਤੁਰੇ ਜਾਂਦੇ ਸੀ ਤੇ ਜਦੋਂ ਪਾਸਾ ਲੈਣ ਲੱਗੇ ਬਾਬੇ ਜਪਨਾਮ ਦੇ ਮੂੰਹੋਂ ਨਿਕਲਿਆ ਤਾਂ ਸਿਪਾਹੀ ਨੇ ਉਸਦੇ ਮੂੰਹ ਤੋਂ ਕੰਬਲ ਲਾ ਕੇ ਟਾਰਚ ਜਗਾਈ। ਰਣਜੋਧ ਦੀ ਨਜ਼ਰ ਬਾਬੇ ਦੇ ਮੂੰਹ ਤੇ ਪਈ। ਬਾਬਾ ਤੂੰ ਵੀ ਪਿੱਛੇ ਹੀ, ਤੂੰ ਕੌਣ ਹੈ ਸ਼ੇਰਾ? ਮੈਂ ਆ ਬਾਬਾ ਜੋਧ, ਜੋਧ ਬਲੀ ਸਿੰਘ। ਅੱਛਾ ਅੱਛਾ ਰਣਜੋਧ ਸਿਆ, ਪੁੱਤ ਫਿਰ ਕਰ ਲਾ ਪੁੱਤਰਾਂ ਦੇ ਦਾਨੀ ਨੂੰ ਯਾਦ, ਸੌਦਾ ਤਾਂ ਧੁਰ ਦਰਗਾਹੋਂ ਆ ਗਿਆ ਪੁੱਤ ਸ਼ੇਰਾ। ਰਣਜੋਧ ਨੂੰ ਭੁਆਟ ਨਹੀਂ ਆਏ। ਗੁਰੂ ਦੇ ਸਿੰਘਾ ਮੈਨੂੰ ਬੈਠਾ ਖਰ ਮਾੜਾ ਜਿਹਾ ਬਈ, ਬਾਬੇ ਨੇ ਇੱਕ ਸਿਪਾਹੀ ਨੂੰ ਕਿਹਾ। ਦੇਈ ਜਿਉਂ ਜੋ ਗਿਆ ਮਾੜਾ ਜਿਹਾ ਆਸਰਾ, ਮੈਂ ਰਣਜੋਧ ਸਿੰਘ ਨਾਲ 2 ਗੱਲਾਂ ਕਰ ਲਾਂ। 2 ਸਿਪਾਹੀਆਂ ਨੇ ਬਾਬੇ ਨੂੰ ਆਸਰਾ ਦੇ ਕੇ ਟਰੱਕ 'ਚ ਬਿਠਾ ਲਿਆ ਤੇ ਰਣਜੋਧ ਨੇ ਰੋਣਾ ਸ਼ੁਰੂ ਕਰਤਾ। ਰੋਣ ਕਿਉਂ ਡਹਿ ਪਿਆ ਸ਼ੇਰਾ, ਅੱਗੋਂ ਕੀ ਪਿੱਛੋਂ ਕੀ, ਹਰ ਇੱਕ ਨੇ ਆਖਰ ਇਸ ਨਾਸਵਾਨ ਸਰੀਰ ਨੂੰ ਛੱਡਣਾ, ਬੁਜ਼ਦਲਾਂ ਦੀ ਮੌਤ ਮਰਨ ਨਾਲੋਂ ਇੱਕ ਡਾਹ ਕੇ ਮਰਨਾ ਸੂਰਮਿਆਂ ਦਾ ਕੰਮ ਹੈ, ਪਰ ਅਫਸੋਸ ਹੈ ਤੂੰ ਤਾਂ ਗਰਪਾਲ ਦਾ ਹਾਣੀਆ ਮੱਲਾ, ਤੁਸੀਂ ਖਾਣਾ ਪੀਣਾ ਸੀ। ਬਾਬਾ ਮੇਰਾ ਤਾਂ ਕਸੂਰ ਕਸੂਰ ਸ਼ੇਰਾ, ਕੁੱਤੇ ਸ਼ਿਕਾਰ ਦਾ ਕਸੂਰ ਪੁੱਛਦੇ ਹੁੰਦੇ, ਕਲਗੀ ਧਰ ਦੇ ਪੇਸ਼ ਹੋਣਾ, ਦਿਲ ਧਾਰਨ ਦਸਮ ਪਿਤਾ ਦੇ, ਛੋਟ ਸਾਹਿਬਜ਼ਾਦਿਆਂ ਦਾ ਕੀ ਕਸੂਰ ਸੀ? ਇਹ ਬਈ ਉਹਨਾਂ ਨੇ ਔਰੰਗੇ ਦੀ ਈਨ ਨਹੀਂ ਸੀ ਮਨੀ, ਬਸ ਇਹੀ ਕਸੂਰ ਆਪਣਾ ਸ਼ੇਰ ਵੱਗਿਆ। ਗੁਰੂ ਦੇ ਦਾ ਸਿੰਘਾਂ ਦਾ ਬੰਦ ਬੰਦ ਕਟਵਾ ਸਕਦਾ, ਚਰਖੜੀਆਂ ਤੇ ਚੜ ਸਕਦਾ, ਤਨਾਰਿਆਂ ਨਾਲ ਚਰਵਾ ਸਕਦਾ, ਖੋਪੜੀ ਲਵਾ ਸਕਦਾ, ਦੇਗ ਚ ਉਬਲ ਸਕਦਾ, ਟੁੱਟ ਸਕਦਾ, ਝੁਕ ਨਹੀਂ ਸਕਦਾ। ਤੂੰ ਕਰ ਸੁਣਿਆ ਨੀ ਕਿ ਪੁਰਜਾ ਪੁਰਜਾ ਕਟ ਮਰੇ ਕਬਹੂ ਨਾ ਛਾਡੇ ਖੇਤ, ਕਸੂਰ ਛੋਟਿਆਂ ਦਾ ਕੀ ਸੀ? 8 ਤੇ 6 ਸਾਲ ਦੇ ਸੀ, ਜਮਾ ਈ ਨੇ ਨੀ ਮੰਨੀ, ਤਾਂ ਹੀ ਸਾਕੇ ਹੋਏ। ਫਿਰ ਸਰੀਰਕ ਪੀੜਾਂ ਦਾ ਗਰਸਿਆ ਬਾਬਾ ਹੌਲੀ ਹੌਲੀ ਗਾਇਨ ਕਰ ਰਿਹਾ ਸੀ। ਜਿਸ ਮਰਨੇ ਸੇ ਡਗਦਰ ਰਹੇ ਮੇਰੇ ਮਨ ਆਨੰਦ, ਮਰਨੇ ਤੇ ਹੀ ਪਾਈਏ ਪੂਰਨ ਪਰਮਾਨੰਦ, ਡੰਡੋਤ ਬੰਦਨ ਅਨਕਵਾਰ, ਸਰਬ ਕਲਾ ਸਮਰਾ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਘਰ ਆਦਿ, ਜੋ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮਰੀ ਆਓ, ਇੱਕ ਮਾਰਕ ਪੈਰ ਤਰੀਜੇ ਸਿਰ ਦੀਜੇ ਕਾਣ ਨਾ ਕੀਜੇ। ਬਾਬੇ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰਤਾ। ਤੌਂ ਪੌਣੇ 3 ਵੱਜ ਗਏ, ਅੱਧੀ ਬੋਤਲ ਸਿਪਾਹੀਆਂ ਨੇ ਹੋਰ ਖਾਲੀ ਕਰ ਦਿੱਤੀ। ਬਾਬੇ ਤੇ ਰਣਜੋਧ ਨੂੰ ਸਹਾਰਾ ਦੇ ਕੇ ਟਰੱਕ ਚੋਂ ਲਾਹ ਲਿਆ, ਠੰਡ ਦੋ ਕੋਲ ਆ ਗਿਆ, ਮੂੰਹ ਚੰਗੀ ਤਰ੍ਹਾਂ ਮਫਲ ਨਾਲ ਢੱਕਿਆ, ਹੱਥਾਂ ਦੇ ਪਸ਼ਮ ਦੇ ਖਾਕੀ ਦਸਤਾਨੇ ਚੜ੍ਹਿਆ, ਨਕਸ਼ੇ ਮੁਤਾਬਕ ਆਲਦੜੇ ਸਿਪਾਹੀ ਖੜੇ। ਹਾਂ ਬਾਬਾ, ਰਾਏ ਕੀ ਆ? ਫਿਰ ਚੜ੍ਹਨਾ ਗੱਡੀ ਜਾਂ? ਥਾਣੇਦਾਰਾ
ਮੇਰਾ ਕੁਛ ਨੀ, ਆ ਜਵਾਕ ਨੂੰ ਛੱਡ ਦੇ। ਬਾਬਾ ਮੇਰੀ ਸ਼ਰਤ ਪੂਰੀ ਕਰ ਦੇ, ਦੋਨਾਂ ਨੂੰ ਛੱਡ ਦੇ ਨਾ, ਵਾਅਦਾ ਰਿਹਾ ਅੰਮ੍ਰਿਤ ਵੇਲਾ ਕਸਮ, ਅੰਮ੍ਰਿਤ ਵੇਲਾ ਤੇ ਬੁੱਚੜਾ, ਤੂੰ ਅੰਮ੍ਰਿਤ ਵੇਲਾ ਕਹਿਣਾ, ਮੇਰੀ ਸ਼ਰਤ ਤੇਰੀ ਸ਼ਰਤ ਨੀ ਕਦੇ ਪੂਰੀ ਹੋਣੀ, ਭੁੱਲ ਜਾ। ਚਾਰੀਏ ਫੇ ਗੱਡੀ, ਜਲਦੀ ਕਰ, ਰਾਦਾ ਨਾ ਬਦਲ ਜਾਏ। ਗੁਰੂ ਦਾ ਸਿੰਘ ਸੂਰਮਾ ਸ਼ਹੀਦ ਨੂੰ ਤਿਆਰ ਆ, ਲੈ ਚੱਲ ਜਿੱਧਰ ਨੂੰ ਜਾਣਾ ਠੰਡ ਦਾ ਰਾਤ। ਮੇਰੇ ਨਾਲ ਪੂਰੇ 35 ਬੰਦੇ ਐ, ਮੱਸੇ ਰੰਗਣ ਨੂੰ ਵੀ ਆਹੀ ਭੁਲੇਖਾ ਸੀ। ਸਿੰਘਾਂ ਨੇ ਅੰਦਰ ਜਾ ਕੇ ਸੋਧੇ, ਯਾਦ ਰੱਖੀ, ਸਮਾਂ ਦੇਣਾ ਪੈਣਾ। ਗਰਪਾਲ ਸ਼ੇਰ ਬੱਗਾ ਥਾਪੀ ਦੇ ਕੇ ਭਜਾਇਆ ਕਰੋ, ਮੈਂ ਸਿਰ ਤੇ ਚੜੂਆ ਕਿ ਕਦੇ, ਯਾਦ ਰੱਖੀ। ਥਾਣੇਦਾਰ ਨੇ ਟਾਰਚ ਦਾ ਇਸ਼ਾਰਾ ਕੀਤਾ, ਸਿਪਾਹੀਆਂ ਨੇ ਟਰੱਕ ਦੀ ਤਰਪਾਲ ਤੇ ਫਰਜ਼ੀ ਹਥਿਆਰਾਂ ਦਾ ਬ੍ਰਸ਼ਟ ਮਾਰਿਆ, ਜਿਹੜਾ ਬਾਬੇ ਕੋਲ ਰੱਖਣਾ ਸੀ। ਤਰਪਾਲ ਛਾਨਣੀ ਵਾਂਗੂ ਮੋਰੀਆਂ ਹੋ ਗਈ। ਰਣਜੋਤ ਕੋਲ ਰੱਖੇ ਗਏ ਰਵਾਲ ਨਾਲ ਤਰਪਾਲ ਤੇ 3 ਫਾਇਰ ਕੀਤੇ। ਬਾਬਾ ਮੁਕਾਬਲਾ ਬਣ ਚੁੱਕਿਆ, ਇੱਕ ਵਾਰ ਸੋਚ ਲੈ, ਥਾਣੇਦਾਰ ਨੇ ਆਖਰੀ ਵਾਰ। ਗੁਰੂ ਦੇ ਸਿੰਘਾਂ ਵਾਹਿਗੁਰੂ ਬੋਲ, ਬਾਬੇ ਨੇ ਰਣਜੋਤ ਨੂੰ ਖੱਬੇ ਹੱਥ ਨਾਲ ਥਾਪੜਿਆ। ਲੈ ਬਈ ਮੀਰ ਮੈਨੂੰ ਦੇ ਅੱਗੇ ਤੜਾ, ਸਿੰਘਾਂ ਨੇ ਕਮਲ ਕੱਸੇ ਕਰ ਲਏ, ਤੂੰ ਆਪਣਾ ਚਾਹ ਲਾ ਲਾ, ਬਾਬੇ ਨੇ ਥਾਣੇਦਾਰ ਨੂੰ ਕਿਹਾ, ਤੇਰਾ ਅਰਮਾਨ ਨਾ ਰਹਿ ਜੇ। ਥਾਣੇਦਾਰ ਦੇ ਇਸ਼ਾਰੇ ਤੇ ਸਿਪਾਹੀ ਬਾਬੇ ਤੇ ਰਣਜੋਤ ਨੂੰ ਕਿੱਕਰਾਂ ਦੀ ਆੜ ਪੁਲ ਦੀ ਬੰਨੀ ਵੱਲ ਨੂੰ ਲੈ ਤਰੇ। ਰਣਜੋਤ ਨੇ ਹਾਲ ਦੁਹਾਈ ਮਚਾਤੀ, ਬਾਬਾ ਸ਼ਾਂਤਮਈ ਸਿਰ ਦੀ ਜੇ ਕਾਣ ਨਾ ਕੀਜੇ ਗੱਲ ਕਰਦਾ ਜਾਤੀ, ਤੁਰੇ ਜਾ ਰਹੇ ਸੀ ਮੂਹਰੇ। ਥੋੜੀ ਦੇਰ ਬਾਅਦ ਸਟੇਨ ਗਨ ਦੇ ਇੱਕ ਬ੍ਰਿਸ਼ ਦੇ ਨਾਲ ਰਣਜੋਤ ਦੀ ਹਾਲ ਦੁਹਾਈ ਤੇ ਬਾਬੇ ਦਾ ਗਾਇਨ ਮੁੱਕ ਗਿਆ। ਖੇਤਾਂ ਚ ਜਨੌਰਾਂ ਤੇ ਮੋਰਾਂ ਨੇ ਬੈਣ ਪਾਏ, ਉਹ ਸੁੱਤੇ ਲੋਕ, ਬੁੱਚੜਾ ਨੇ ਦੋ ਨਿਰਦੋਸ਼ਿਆਂ ਦੀ ਜਾਨ ਲੈ ਲਈ। ਬਾਬੇ ਤੇ ਰਣਜੋਤ ਦੇ ਹੱਥ ਪੈਰ ਖੋਲ ਫਰਜ਼ੀ ਹਥਿਆਰਾਂ ਦੇ ਘੋੜੇ ਉਹਨਾਂ ਦੀ ਬੇਜਾਨ ਉਂਗਲਾਂ ਚੜਾ ਤੇ। ਰਣਜੋਤ ਦਾ ਸਿਰ ਤੇ ਬਾਬੇ ਦੀ ਛਾਤੀ ਭਰਾੜ ਹੋ ਗਈ, ਖੂਨ ਦੇ ਫੁਆਰੇ ਉੱਭਰ ਰਹੇ ਸੀ। ਪੌ ਫੁੱਟ ਚੁੱਕੀ ਦੀ ਸ਼ਹੀਦਾਂ ਦੇ ਖੂਨ ਵਰਗੀ ਹੀ ਗਾੜੀ ਲਾਲੀ ਪੂਰਮੋਂ ਛੁੱਟੀ ਸੀ। ਤਲਵੰਡੀ ਅਤੇ ਝਿੜਕ ਦੇ ਸਰਪੰਚ ਬੁਲਾਏ ਜਾ ਰਹੇ ਸੀ, ਵਾਰਸਾਂ ਨੂੰ ਖਬਰ ਕਰ ਦਿੱਤੀ ਸੀ। ਬਾਬੇ ਜਪਨਾਮ ਸਿੰਘ ਦੀ ਅੱਧੀ ਅੱਖ ਖੁੱਲੀ, ਅਸਮਾਨ ਵੱਲ ਕਿਤੇ ਕਲਗੀਆਂ ਵਾਲੇ ਨੂੰ ਇਉਂ ਕਹਿ ਰਹੀ ਹੋਈ ਵੀ ਕਿਤੇ ਬਾਪੂ ਸਾਕੇ ਮੁੱਕੇ ਆ ਸਿੰਘਾਂ ਦੇ। ਦੋ ਪੁੱਤਾਂ ਨੇ ਸ਼ਹੀਦੀ ਚਮਕੌੜ ਦਿੱਤੀ, 280 ਵਰਿਆਂ ਬਾਅਦ ਆ ਸਾਕਾ ਫੇਰ ਵਰਤਾਈ ਬੈਠਿਆ।